ਮਨਤਾ ਸਿੰਘ ਜੀ ਕੀ ਹਾਲ ਚਾਲ ਹੈ? ਹਾਂਜੀ ਪ੍ਰੋਫੈਸਰ ਸਾਹਿਬ ਕੀ ਹਾਲ ਹੈ? ਕਿੱਥੇ ਖੜੇ ਹੋ? ਉਹ ਮੈਂ ਜਿਹੜਾ ਚਲਾ ਸੀ ਬੱਸ ਦੀ ਵੇਟ ਕਰਦਾ ਹੋਇਆ ਸੀ। ਅੱਛਾ, ਅੱਜ ਆਏ ਨੀ ਸੈਰ ਤੇ ਤੁਸੀਂ? ਉਹ ਯਾਰ ਸਵੇਰੇ ਮੈਂ ਜੀ ਨੀ ਕੀਤਾ, ਠੰਡ ਜੀ ਸੀ ਨਾ ਮਾੜੀ ਮਾੜੀ, ਤੋਂ ਤੁਸੀਂ ਆਏ ਨੀ। ਮੈਂ ਕਿਹਾ ਕੱਲਾ ਕਿੱਥੇ ਸੈਰ ਕਰਾਂਗਾ, ਤੇ ਬਤਰਾਜ ਦਾ ਦਰਵਾਜ਼ਾ ਖੜਕਾਇਆ। ਠੀਕ ਰਿਹਾ ਫਿਰ, ਬਤਰਾਜ ਦਾ ਬਹੁਤ ਦਿਲ ਲਗਾ ਹੋਣਾ। ਤੁਹਾਨੂੰ ਪਤਾ ਹੈ ਬਤਰਾਜ ਦਾ ਨਾ, ਜੋ ਉਹਨਾਂ ਨੇ ਜੋ ਗੱਲਾਂ ਸੁਣਾਈਆਂ ਆਪਣੇ ਪੈਸੇ ਦੀਆਂ, ਅੱਜ ਮੈਂ ਸਿੱਧਾ ਕਰਤਾ ਬਤਰਾਜ ਨੂੰ। ਅੱਛਾ, ਹਾਂ ਕਿਸ ਤਰ੍ਹਾਂ? ਕਹਿੰਦੇ ਗੱਡੀ ਨਵੀਂ ਲੈ ਲਈ ਹੈ। ਮੈਂ ਕਿਹਾ ਪਤਰਾ ਜੀ ਕਿੰਨੀਆਂ ਗੱਡੀਆਂ ਹੋ ਗਈਆਂ? ਕਹਿੰਦੇ 3 ਮੇਰੇ ਕੋਲ ਗੱਡੀਆਂ ਹੋ ਗਈਆਂ ਵੱਡੀਆਂ, 4 ਪਲਾਟ ਨੇ, ਹਾਂ, ਤੇ ਮੇਰੇ ਕੋਲ 3 ਕਰੋੜ ਕੈਸ਼ ਹੋ ਗਿਆ। ਕਹਿੰਦੇ ਮੈਂ ਪਤਰਾ ਜੀ ਗੱਲ ਕਵਾਂ, ਜੇ ਮੇਰੇ ਕੋਲ ਤੁਹਾਡੇ ਵਾਲੀਆਂ 3 ਗੱਡੀਆਂ ਹੋ ਜਾਣ ਤੇ ਤੁਹਾਡੇ ਵਾਲੇ 4 ਪਲਾਟ ਹੋ ਜਾਣ ਤੇ 3 ਕਰੋੜ ਕੈਸ਼ ਆ ਵੀ ਜਾਵੇ ਮੇਰੇ ਕੋਲ, ਤੇ ਮੈਂ ਤੁਹਾਡੇ ਦਾ ਵੀ ਅਮੀਰ ਹੋ ਜਾਵਾਂਗਾ। ਉਹ ਵੀ ਸਭ ਕੁਝ ਤੁਹਾਡੇ ਕੋਲ ਬਤਰਾ ਜੀ ਵਾਲਾ, ਤੇ ਬਤਰਾ ਜੀ ਨੂੰ ਜ਼ਿਆਦਾ ਅਮੀਰ। ਯਾਰ ਮੈਂ ਮੈਥਡ ਪੜਾਉਂਦਾ ਰਿਹਾ ਬੱਚਿਆਂ ਨੂੰ, ਮੈਨੂੰ ਨਹੀਂ ਸਮਝ ਲੱਗੀ ਕਿੱਥੇ ਹਿਸਾਬ ਦਾ, ਕਿੱਦਾਂ ਸਮਝਾਇਆ ਉਹਨਾਂ ਨੂੰ। ਪ੍ਰੋਫੈਸਰ ਸਾਹਿਬ ਸਾਨੂੰ ਟੀਚਰਾਂ ਨੂੰ ਟਿਊਸ਼ਨਾਂ ਵੀ ਆ ਜਾਂਦੀਆਂ ਨਾ।